ਪਟਿਆਲਾ ਦੇ ਸਨੋਰ ਰੋਡ ਦੇ ਨਜ਼ਦੀਕ ਪੁਰਾਣੀ ਅਨਾਜ ਮੰਡੀ ਵਿੱਚ 15 ਤਰੀਕ ਨੂੰ ਰਾਤ ਲਗਭਗ 1:30 ਵਜੇ ਇੱਕ ਸਰੋਂ ਦੀ ਤੇਲ ਦੀ ਫੈਕਟਰੀ ਵਿੱਚ ਬਲਾਸਟ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਬਲਾਸਟ ਦੇ ਕਾਰਨ ਦੀ ਜਾਂਚ ਲਈ ਅੱਜ ਮੋਹਾਲੀ ਤੋਂ ਬਲਾਸਟ ਸਪੈਸ਼ਲ ਟੀਮ ਜਾਂਚ ਲਈ ਪਟਿਆਲਾ ਪਹੁੰਚੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਕੋਤਵਾਲੀ ਦੇ ਇੰਚਾਰਜ ਰਾਹੁਲ ਕੌਸ਼ਲ ਨੇ ਦੱਸਿਆ ਕਿ ਹੁਣ ਮੋਹਾਲੀ ਤੋਂ ਬਲਾਸਟ ਸਪੈਸ਼ਲ ਟੀਮ ਆਈ ਹੋਈ ਹੈ ਅਤੇ ਉਹ ਆਪਣੇ ਤੌਰ ਤੇ ਸਾਰੀ ਇਨਵੈਸਟੀਗੇਸ਼ਨ ਕਰਕੇ ਗਈ ਹੈ। ਇਸ ਤੋਂ ਬਾਅਦ ਜੋ ਬਣਦੀ ਰਿਪੋਰਟ ਹੋਵੇਗੀ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ। ਹਾਲੇ ਤੱਕ ਬਲਾਸਟ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਅੱਜ ਸਾਡੇ FSL ਮੋਹਾਲੀ ਤੋਂ ਸਪੈਸ਼ਲ ਬਲਾਸਟਿੰਗ ਐਕਸਪਰਟ ਤੇ ਕੈਮੀਕਲ ਐਕਸਪਰਟ ਤੇ ਇੱਕ ਟੀਮ ਆ ਗਈ ਸੀ। ਉਹਨਾਂ ਨੂੰ ਅਸੀਂ ਦੁਆਰਾ ਸੀਨ ਆਫ ਕ੍ਰਾਈਮ ਜਿਹੜਾ ਸਾਡੇ ਇੱਥੇ ਪਤਾ ਲੱਗਿਆ ਸੀ, ਇਸ ਤਰ੍ਹਾਂ ਤੁਸੀਂ ਅਲੂ ਲੱਗਣ ਕਰਕੇ ਕਾਫੀ ਦੁਕਾਨਾਂ ਨੂੰ ਸਾਹਮਣੇ ਉਹਨੇ ਸਾਰੇ ਸੀਨ ਆਫ ਕ੍ਰਾਈਮ ਦਾ ਦੁਆਰਾ ਇੰਸਪੈਕਸ਼ਨ ਕੀਤੀ। ਉਹਨਾਂ ਨੇ ਐਵਿਡੈਂਸ ਵਗੈਰਾ ਆਪਣੇ ਤੌਰ 'ਤੇ ਲਏ ਨੇ ਉੱਥੋਂ ਐਵਿਡੈਂਸ, ਅਤੇ ਸਾਨੂੰ ਵੀ ਗਾਈਡ ਕੀਤਾ ਕਿ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ, ਕਿਉਂਕਿ ਉਹਨਾਂ ਨੇ ਸਾਨੂੰ ਗਾਈਡੈਂਸ ਕਰਕੇ ਸਾਡਾ ਕਰਕੇ ਵੱਡ ਮਸਲਾ ਵੀ ਦੱਸ ਕੇ ਸਾਨੂੰ ਗਏ। ਪਟਿਆਲਾ ਤੋਂ SM1 ਨਿਊਜ਼ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ।